ਕੀ ਤੁਹਾਨੂੰ ਪਾਸਪੋਰਟ ਦੇ ਬਾਰੇ ਕੁਝ ਰੌਚਕ ਜਾਣਕਾਰੀਆਂ ਪਤਾ ਨੇ? ਜਿਵੇਂ ਕਿ ਤੁਸੀਂ ਆਪਣੇ ਜੇਕਰ ਚਿਹਰੇ ਦੇ ਉੱਪਰ ਟੈਟੂ ਬਣਾ ਲੈਂਦੇ ਹੋ ਤਾਂ ਤੁਰੰਤ ਤੁਹਾਨੂੰ ਨਵਾਂ ਪਾਸਪੋਰਟ ਲੈਣਾ ਪਵੇਗਾ। ਦੁਨੀਆ ਦੇ ਵਿੱਚ 3 ਲੋਕ ਅਜਿਹੇ ਵੀ ਨੇ ਜਿਨ੍ਹਾਂ ਦੇ ਕੋਲ ਕੋਈ ਵੀ ਪਾਸਪੋਰਟ ਨਹੀਂ ਹੈ, ਪਰ ਉਹ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਬਿਨਾਂ ਪਾਸਪੋਰਟ ਤੋਂ ਜਾ ਸਕਦੇ ਨੇ। ਪਰ ਕੀ ਤੁਸੀਂ ਜਾਣਦੇ ਹੋ ਇਸ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਮਰੇ ਹੋਏ ਇਨਸਾਨ ਨੂੰ ਵੀ ਪਾਸਪੋਰਟ ਜਾਰੀ ਕੀਤਾ ਗਿਆ ਸੀ? ਤੇ ਕੁਝ ਦੁਨੀਆ ਦੇ ਦੇਸ਼ ਅਜਿਹੇ ਵੀ ਨੇ ਜਿਹੜੇ ਆਪਣੇ ਪਾਸਪੋਰਟ ਨੂੰ ਪੈਸੇ ਲੈ ਕੇ ਵੇਚ ਦਿੰਦੇ ਨੇ, ਤੇ ਦੁਨੀਆ ਦੇ ਵਿੱਚ ਕੁਝ ਦੇਸ਼ ਅਜਿਹੇ ਨੇ ਜਿਹੜੇ ਆਪਣੇ ਨਾਗਰਿਕ ਨੂੰ ਪਾਸਪੋਰਟ ਨਹੀਂ ਦਿੰਦੇ। ਕੀ ਤੁਹਾਨੂੰ ਇਹ ਪਤਾ ਹੈ ਕਿ ਤੁਸੀਂ ਦੋ ਅਲੱਗ ਅਲੱਗ ਦੇਸ਼ਾਂ ਦੇ ਪਾਸਪੋਰਟ ਵੀ ਆਪਣੇ ਕੋਲ ਰੱਖ ਸਕਦੇ ਹੋ? ਜੇਕਰ ਤੁਸੀਂ ਇਹ ਸਭ ਕੁਝ ਨਹੀਂ ਜਾਣਦੇ ਤਾਂ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ, ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਜਾਣ ਜਾਓਗੇ। ਪਾਸਪੋਰਟ ਅਪਲਾਈ ਕਰਨ ਦੇ ਲਈ ਤੁਹਾਨੂੰ ਸਿਰਫ ਇੱਕ ਪਾਸਪੋਰਟ ਸਾਈਜ਼ ਫੋਟੋ ਦੀ ਜ਼ਰੂਰਤ ਹੁੰਦੀ ਹੈ, ਤੇ ਇਹ ਫੋਟੋ ਕਿਸੇ ਵੀ ਤਰ੍ਹਾਂ ਦੀ ਯੂਨੀਫਾਰਮ ਜਾਂ ਕਹੀਏ ਕਿਸੇ ਵੀ ਤਰ੍ਹਾਂ ਦੀ ਵਰਦੀ ਦੇ ਵਿੱਚ ਨਹੀਂ ਹੋਣੀ ਚਾਹੀਦੀ। ਇਸ ਤੋਂ ਬਿਨਾਂ ਪਾਸਪੋਰਟ ਦੇ ਉੱਪਰ ਕੈਪ, ਟੋਪੀ ਅਤੇ ਸਨਗਲਾਸ ਲਾ ਕੇ ਵੀ ਫੋਟੋ ਕਰਵਾਉਣ ਦੀ ਆਗਿਆ ਨਹੀਂ ਹੈ। ਪਾਸਪੋਰਟ ਵਾਲੀ ਫੋਟੋ ਦੇ ਵਿੱਚ ਤੁਹਾਡੇ ਵਾਲ ਤੁਹਾਡੇ ਚਿਹਰੇ ਨੂੰ ਜਾਂ ਤੁਹਾਡੇ ਕੰਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਢੱਕਦੇ ਨਹੀਂ ਹੋਣੇ ਚਾਹੀਦੇ। ਕੁਝ ਕਮਰਸ਼ੀਅਲ ਕਰਮਚਾਰੀਆਂ ਨੂੰ ਬਹੁਤ ਜ਼ਿਆਦਾ ਰੇਅਰ ਕੇਸ ਦੇ ਵਿੱਚ ਇਸ ਚੀਜ਼ ਦੀ ਛੂਟ ਹੈ ਕਿ ਉਹ ਯੂਨੀਫਾਰਮ ਦੇ ਵਿੱਚ ਪਾਸਪੋਰਟ ਦੇ ਉੱਪਰ ਫੋਟੋ ਲਗਵਾ ਸਕਦੇ ਨੇ। ਟੋਂਗਾ ਇੱਕ ਅਜਿਹਾ ਦੇਸ਼ ਹੈ ਜਿੱਥੇ $20,000 ਦੇ ਵਿੱਚ ਪਹਿਲਾਂ ਪਾਸਪੋਰਟ ਵੇਚੇ ਜਾਂਦੇ ਸਨ। ਇੱਕ ਸਮੇਂ ਇਹ ਦੇਸ਼ ਆਪਣੀ ਕਮਾਈ ਵਧਾਉਣ ਦੇ ਲਈ ਗੈਰ ਨਾਗਰਿਕ ਨੂੰ ਵੀ ਆਪਣੇ ਦੇਸ਼ ਦਾ ਪਾਸਪੋਰਟ ਵੇਚ ਦਿੰਦਾ ਸੀ। ਪਾਸਪੋਰਟ ਸ਼ਬਦ ਫਾਰਸੀ ਭਾਸ਼ਾ ਦੇ ਸ਼ਬਦ ਪਾਸਪੋਰਟ ਤੋਂ ਆਇਆ ਹੈ, ਮਤਲਬ ਕਿ ਪਾਸ ਦਾ ਪੋਰਟ, ਯਾਨੀ ਕਿ ਕਿਸੇ ਬੰਦਰਗਾਹ ਤੋਂ ਲੰਘਣਾ। ਸ਼ੁਰੂਆਤ ਦੀ ਗੱਲ ਕਰੀਏ ਤਾਂ ਸ਼ੁਰੂਆਤ ਦੇ ਵਿੱਚ ਪਾਸਪੋਰਟ ਦੀ ਵਰਤੋਂ ਅੰਤਰਰਾਸ਼ਟਰੀ ਸਫ਼ਰ ਦੇ ਵਿੱਚ ਨਹੀਂ ਕੀਤੀ ਜਾਂਦੀ ਸੀ, ਬਲਕਿ ਆਪਣੇ ਦੇਸ਼ ਦੀ ਨਾਗਰਿਕਤਾ ਸਿੱਧ ਕਰਨ ਲਈ ਕੀਤੀ ਜਾਂਦੀ ਸੀ। ਜਿਵੇਂ ਕਿ ਅੱਜ ਅਸੀਂ ਆਧਾਰ ਕਾਰਡ ਅਤੇ ਸ਼ਨਾਖਤੀ ਕਾਰਡ ਦੀ ਵਰਤੋਂ ਕਰਦੇ ਹਾਂ, ਉਸੇ ਤਰ੍ਹਾਂ ਹੀ ਪਹਿਲਾਂ ਪਾਸਪੋਰਟ ਦੀ ਵਰਤੋਂ ਕੀਤੀ ਜਾਂਦੀ ਸੀ। ਅੱਜ ਦੀ ਤਰੀਕ ਦੇ ਵਿੱਚ, ਯਾਨੀ ਕਿ ਸਨ 2023 ਦੇ ਵਿੱਚ, ਦੁਨੀਆ ਦਾ ਸਭ ਤੋਂ ਜ਼ਿਆਦਾ ਤਾਕਤਵਰ ਪਾਸਪੋਰਟ ਸਿੰਗਾਪੁਰ ਦਾ ਹੈ। ਸਿੰਗਾਪੁਰ ਦੇ ਨਾਗਰਿਕ 192 ਦੇਸ਼ਾਂ ਦੇ ਵਿੱਚ ਬਿਨਾਂ ਵੀਜ਼ਾ ਤੋਂ ਜਾ ਸਕਦੇ ਨੇ, ਯਾਨੀ ਕਿ ਤਕਰੀਬਨ ਸਿੰਗਾਪੁਰ ਦਾ ਨਾਗਰਿਕ ਦੁਨੀਆ ਦੇ ਸਾਰੇ ਹੀ ਦੇਸ਼ਾਂ ਦੇ ਵਿੱਚ ਬਿਨਾਂ ਵੀਜ਼ਾ ਤੋਂ ਜਾ ਸਕਦਾ ਹੈ। ਅੱਜ ਦੇ ਸਮੇਂ ਸਭ ਤੋਂ ਜ਼ਿਆਦਾ ਕਮਜ਼ੋਰ ਪਾਸਪੋਰਟ ਹੈ ਅਫਗਾਨਿਸਤਾਨ ਦਾ। ਅਫਗਾਨਿਸਤਾਨ ਦੇ ਨਾਗਰਿਕ ਬਿਨਾਂ ਵੀਜ਼ਾ ਤੋਂ ਸਿਰਫ 27 ਦੇਸ਼ਾਂ ਦੇ ਵਿੱਚ ਜਾ ਸਕਦੇ ਨੇ। ਅੱਜ ਦੇ ਸਮੇਂ ਦੁਨੀਆ ਦਾ ਸਭ ਤੋਂ ਜ਼ਿਆਦਾ ਮਹਿੰਗਾ ਪਾਸਪੋਰਟ ਹੈ UAE, ਯਾਨੀ ਕਿ ਦੁਬਈ ਦਾ। UAE ਦੇ ਵਿੱਚ ਤੁਸੀਂ $27,000 ਦੇਣ ਤੋਂ ਬਾਅਦ ਉੱਥੋਂ ਦਾ ਗੋਲਡਨ ਪਾਸਪੋਰਟ ਲੈ ਸਕਦੇ ਹੋ। ਦੁਨੀਆ ਦਾ ਸਾਈਜ਼ ਦੇ ਵਿੱਚ ਸਭ ਤੋਂ ਵੱਡਾ ਪਾਸਪੋਰਟ ਹੈ ਕੈਨੇਡਾ ਦਾ। ਇਹ 5.75 inch ਬਾਏ 3.75 inch ਦਾ ਹੈ। ਪਾਸਪੋਰਟ ਦੇ ਵਿੱਚ ਜਿਹੜੇ ਪੇਜ ਹੁੰਦੇ ਨੇ, ਜੇਕਰ ਇਹਨਾਂ ਦੀ ਗੱਲ ਕਰੀਏ ਤਾਂ ਉਹ ਦੇਸ਼ ਖੁਦ ਤੈਅ ਕਰਦਾ ਹੈ ਕਿ ਉਸਨੇ ਆਪਣੇ ਦੇਸ਼ ਦੇ ਪਾਸਪੋਰਟ ਦੇ ਵਿੱਚ ਕਿੰਨੇ ਪੇਜ ਦੇਣੇ ਨੇ। ਕਈ ਦੇਸ਼ ਅਜਿਹੇ ਵੀ ਨੇ ਜਿਨ੍ਹਾਂ ਦੇ ਪਾਸਪੋਰਟ ਦੇ ਵਿੱਚ 100 ਪੇਜ ਹੁੰਦੇ ਨੇ। ਜੇਕਰ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਪਾਸਪੋਰਟ ਦੇ ਵਿੱਚ 36 ਪੇਜ ਹੁੰਦੇ ਨੇ, ਪਰ ਜੇਕਰ ਤੁਸੀਂ ਬਹੁਤ ਜ਼ਿਆਦਾ ਟਰੈਵਲ ਕਰਦੇ ਹੋ ਤਾਂ ਤੁਸੀਂ 60 ਪੇਜ ਵਾਲਾ ਇੰਡੀਅਨ ਪਾਸਪੋਰਟ ਵੀ ਲੈ ਸਕਦੇ ਹੋ। ਹੁਣ ਤੁਹਾਨੂੰ ਬਹੁਤ ਜ਼ਿਆਦਾ ਹੈਰਾਨੀ ਹੋਵੇਗੀ ਨਾਰਥ ਕੋਰੀਆ ਦੇ ਪਾਸਪੋਰਟ ਬਾਰੇ ਜਾਣ ਕੇ। ਨਾਰਥ ਕੋਰੀਆ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਪਾਸਪੋਰਟ ਨਹੀਂ ਦਿੰਦਾ। ਉਹ ਨਹੀਂ ਚਾਹੁੰਦਾ ਕਿ ਉੱਥੋਂ ਦੇ ਨਾਗਰਿਕ ਬਾਹਰ ਵਿਦੇਸ਼ਾਂ ਦੇ ਵਿੱਚ ਜਾਣ, ਇਸ ਕਰਕੇ ਨਾਰਥ ਕੋਰੀਆ ਦਾ ਪਾਸਪੋਰਟ ਉੱਥੋਂ ਦੇ ਕੁਝ ਚੁਣੇ ਹੋਏ ਲੋਕਾਂ ਦੇ ਕੋਲ ਹੀ ਹੈ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਪਾਸਪੋਰਟ ਦਾ ਰੰਗ ਲਾਲ ਹੈ, ਜਿਵੇਂ ਕਿ ਇੰਡੀਆ ਦੇ ਪਾਸਪੋਰਟ ਦਾ ਰੰਗ ਗੂੜਾ ਨੀਲਾ ਹੈ। ਇਸ ਤਰ੍ਹਾਂ ਹੀ ਦੁਨੀਆ ਦੇ ਜੋ ਹੋਰ ਦੇਸ਼ ਨੇ ਉਹਨਾਂ ਦੇ ਪਾਸਪੋਰਟ ਦਾ ਰੰਗ ਨੀਲਾ, ਲਾਲ ਅਤੇ ਹਰਾ ਵੀ ਹੁੰਦਾ ਹੈ, ਪਰ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਪਾਸਪੋਰਟ ਦਾ ਰੰਗ ਲਾਲ ਹੁੰਦਾ ਹੈ। ਦੁਨੀਆ ਦੇ ਵਿੱਚ ਪਾਸਪੋਰਟ ਦੀ ਵਰਤੋਂ ਹੁਣ ਤੋਂ ਨਹੀਂ ਬਲਕਿ 13ਵੀਂ ਸਦੀ ਤੋਂ ਹੋ ਰਹੀ ਹੈ। ਸਭ ਤੋਂ ਪਹਿਲਾਂ ਪਾਸਪੋਰਟ ਦਾ ਖਿਆਲ ਹੈਨਰੀ 5ਵੇਂ ਨੂੰ ਆਇਆ ਸੀ, ਤਾਂ ਕਿ ਵਿਦੇਸ਼ ਦੀ ਧਰਤੀ ਤੇ ਸਫ਼ਰ ਕਰਦੇ ਸਮੇਂ ਨਾਗਰਿਕ ਦੀ ਪਹਿਚਾਣ ਹੋ ਸਕੇ। ਹਾਲਾਂਕਿ ਉਸ ਸਮੇਂ ਇਸ ਨੂੰ ਸਿਰਫ ਸਫ਼ਰ ਦੇ ਦਸਤਾਵੇਜ਼ ਦੇ ਰੂਪ ਦੇ ਵਿੱਚ ਹੀ ਵਰਤਿਆ ਜਾਂਦਾ ਸੀ, ਤੇ ਉਸ ਸਮੇਂ ਇਸ ਨੂੰ ਪਾਸਪੋਰਟ ਵੀ ਨਹੀਂ ਕਹਿੰਦੇ ਸਨ। ਹੁਣ ਤੁਹਾਨੂੰ ਦੱਸਦਿਆਂ ਕਿ ਦੁਨੀਆ ਦੇ ਉਹ 3 ਲੋਕ ਕਿਹੜੇ ਨੇ ਜਿਹੜੇ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਬਿਨਾਂ ਪਾਸਪੋਰਟ ਤੋਂ ਜਾ ਸਕਦੇ ਨੇ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਕਿਸੇ ਦੇਸ਼ ਦੇ ਵਿੱਚ ਜਾਣ ਦੇ ਲਈ ਸਭ ਤੋਂ ਪਹਿਲਾਂ ਪਾਸਪੋਰਟ ਬਹੁਤ ਜ਼ਰੂਰੀ ਇੱਕ ਦਸਤਾਵੇਜ਼ ਹੁੰਦਾ ਹੈ, ਉਸ ਤੋਂ ਬਿਨਾਂ ਤੁਸੀਂ ਕਿਸੇ ਵੀ ਦੇਸ਼ ਦੇ ਵਿੱਚ ਨਹੀਂ ਜਾ ਸਕਦੇ। ਹਾਲਾਂਕਿ ਜਿਵੇਂ ਕੁਝ ਪਾਵਰਫੁਲ ਦੇਸ਼ ਨੇ, ਉੱਥੋਂ ਦੇ ਨਾਗਰਿਕਾਂ ਨੂੰ ਕਿਸੇ ਦੇਸ਼ ਦੇ ਵਿੱਚ ਜਾਣ ਦੇ ਲਈ ਵੀਜ਼ੇ ਦੀ ਲੋੜ ਨਹੀਂ ਪੈਂਦੀ, ਪਰ ਉਹਨਾਂ ਨੂੰ ਵੀ ਪਾਸਪੋਰਟ ਆਪਣਾ ਨਾਲ ਰੱਖਣਾ ਪੈਂਦਾ ਹੈ। ਪਰ ਇਸ ਦੁਨੀਆ ਦੇ ਵਿੱਚ ਸਿਰਫ 3 ਲੋਕ ਹੀ ਨੇ ਜੋ ਬਿਨਾਂ ਪਾਸਪੋਰਟ ਤੋਂ ਬਿਨਾਂ ਵੀਜ਼ਾ ਤੋਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਸਕਦੇ ਨੇ। ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਹੈ ਬ੍ਰਿਟੇਨ, ਯਾਨੀ ਕਿ ਇੰਗਲੈਂਡ ਦਾ ਹੁਣ ਦਾ ਰਾਜਾ ਚਾਰਲਸ 3, ਤੇ ਦੂਜੇ 2 ਵਿਅਕਤੀ ਨੇ ਜਾਪਾਨ ਦੇ ਰਾਜਾ 3 ਰਾਣੀ। ਇਹਨਾਂ ਤਿੰਨਾਂ ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜਾਣ ਦੇ ਲਈ ਨਾ ਤਾਂ ਪਾਸਪੋਰਟ ਦੀ ਜ਼ਰੂਰਤ ਹੁੰਦੀ ਹੈ ਤੇ ਨਾ ਹੀ ਵੀਜ਼ਾ ਦੀ। ਦੁਨੀਆ ਦੇ ਵਿੱਚ ਜਾਉਂਦੇ ਜੀ ਲੋਕਾਂ ਦੇ ਪਾਸਪੋਰਟ ਬਣਦੇ ਨੇ, ਪਰ ਕੀ ਤੁਹਾਨੂੰ ਪਤਾ ਹੈ ਕਿ ਇੱਕ ਇਨਸਾਨ ਅਜਿਹਾ ਵੀ ਸੀ ਜਿਸ ਦੇ ਕੋਲ ਜਾਉਂਦੇ ਜੀ ਤਾਂ ਪਾਸਪੋਰਟ ਨਹੀਂ ਸੀ, ਪਰ ਉਸਨੂੰ ਮਰਨ ਤੋਂ ਬਾਅਦ ਪਾਸਪੋਰਟ ਬਣਾ ਕੇ ਦਿੱਤਾ ਗਿਆ। ਇਹ ਇਨਸਾਨ ਸੀ ਰਮੇਸਿਸ 2, ਜਿਹੜੀ ਕਿ ਇੱਕ ਮਮੀ ਸੀ। 70 ਦੇ ਦਹਾਕੇ ਦੇ ਵਿੱਚ ਇਹ ਮਮੀ ਨੂੰ ਫਰਾਂਸ ਤੋਂ ਇਜਿਪਟ ਲਿਆਂਦਾ ਗਿਆ ਸੀ, ਤੇ ਇਸ ਦੀ ਮੌਤ ਤੋਂ ਬਾਅਦ ਇਸ ਦੇ ਸਫ਼ਰ ਕਰਨ ਦੇ ਲਈ ਇਸ ਨੂੰ ਪਾਸਪੋਰਟ ਜਾਰੀ ਕੀਤਾ ਗਿਆ ਸੀ। ਅੱਜ ਦੇ ਪਾਸਪੋਰਟ ਦੇ ਵਿੱਚ ਸਿਰਫ ਉਸ ਵਿਅਕਤੀ ਦਾ ਨਾਮ ਅਤੇ ਫੋਟੋ ਹੁੰਦੀ ਹੈ ਜਿਸ ਦਾ ਉਹ ਪਾਸਪੋਰਟ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ 1915 ਦੇ ਨੇੜੇ ਤੇੜੇ ਬ੍ਰਿਟੇਨ ਦੇ ਪਾਸਪੋਰਟ ਦੇ ਉੱਪਰ ਪੂਰੇ ਪਰਿਵਾਰ ਦੀ ਫੋਟੋ ਹੁੰਦੀ ਸੀ? ਪਾਸਪੋਰਟ ਦੇ ਉੱਪਰ ਫੋਟੋ ਲਗਵਾਉਣ ਦੀ ਸ਼ੁਰੂਆਤ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ
ਹੁਣ ਇਸ ਤੋਂ ਬਾਅਦ ਸ਼ੁਰੂਆਤ ਹੁੰਦੀ ਹੈ ਬਾਇਓਮੈਟ੍ਰਿਕਸ ਦੀ। ਤੁਸੀਂ ਹੁਣ ਦੇਖਿਆ ਹੀ ਹੋਣਾ ਹੈ ਕਿ ਕਿਸੇ ਵੀ ਦੇਸ਼ ਦਾ ਪਾਸਪੋਰਟ ਜਾਂ ਵੀਜ਼ਾ ਲੈਣ ਦੇ ਲਈ ਤੁਹਾਡੇ ਹੁਣ ਦੋਨੇ ਹੱਥਾਂ ਦੇ ਫਿੰਗਰਪ੍ਰਿੰਟ ਲਏ ਜਾਂਦੇ ਨੇ, ਇਹੀ ਬਾਇਓਮੈਟ੍ਰਿਕ ਹੁੰਦੀ ਹੈ। ਇਸ ਦੇ ਨਾਲ ਕਾਫੀ ਹੱਦ ਤੱਕ ਫਰਾਡ ਹੁਣ ਘਟਿਆ ਵੀ ਹੈ। ਬਾਇਓਮੈਟ੍ਰਿਕ ਨੂੰ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਲਿਆਉਣ ਵਾਲਾ ਦੇਸ਼ ਸੀ ਅਮਰੀਕਾ। ਜੇਕਰ ਤੁਸੀਂ ਕੋਈ ਨਵਾਂ ਟੈਟੂ ਆਪਣੇ ਚਿਹਰੇ ਦੇ ਉੱਪਰ ਬਣਾਉਂਦੇ ਹੋ ਜਾਂ ਫਿਰ ਤੁਸੀਂ ਆਪਣੀ ਗਰਦਨ ਦੇ ਉੱਪਰ ਬਣਾਉਂਦੇ ਹੋ ਜਿਹੜਾ ਕਿ ਦਿਸਦਾ ਹੈ, ਜਾਂ ਫਿਰ ਤੁਹਾਡੇ ਚਿਹਰੇ ਦੀ ਕਿਸੇ ਵੀ ਤਰ੍ਹਾਂ ਦੀ ਸਰਜਰੀ ਹੁੰਦੀ ਹੈ, ਤਾਂ ਵੀ ਤੁਹਾਨੂੰ ਨਵਾਂ ਪਾਸਪੋਰਟ ਲੈਣਾ ਪਵੇਗਾ। ਟੈਟੂ ਬਣਾਉਣ ਤੋਂ ਬਾਅਦ ਤੁਹਾਡਾ ਪਹਿਲਾਂ ਵਾਲਾ ਪਾਸਪੋਰਟ ਨਹੀਂ ਚੱਲੇਗਾ, ਕਿਉਂਕਿ ਹੁਣ ਤੁਹਾਡੀ ਲੁੱਕ ਦੇ ਵਿੱਚ ਕਾਫੀ ਜ਼ਿਆਦਾ ਫਰਕ ਆ ਗਿਆ ਹੈ। ਕੋਈ ਵੀ ਇਨਸਾਨ ਆਪਣੇ ਕੋਲ ਦੋ ਅਲੱਗ ਅਲੱਗ ਪਾਸਪੋਰਟ ਰੱਖ ਸਕਦਾ ਹੈ, ਜਾਣੀ ਕਿ ਉਹ ਦੋ ਦੇਸ਼ਾਂ ਦੀ ਨਾਗਰਿਕਤਾ ਲੈ ਸਕਦਾ ਹੈ। ਹਾਲਾਂਕਿ ਇੰਡੀਆ ਕਿਸੇ ਨੂੰ ਡਿਊਲ ਸਿਟੀਜ਼ਨਸ਼ਿਪ ਨਹੀਂ ਦਿੰਦਾ, ਪਰ ਕੈਨੇਡਾ ਤੇ ਅਮਰੀਕਾ ਦਿੰਦੇ ਨੇ। ਇਸਾਂ ਜੀ ਪਾਸਪੋਰਟ ਦੇ ਬਾਰੇ ਕੁਝ ਰੋਚਕ ਤੱਤ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ ਯੂਟਿਊਬ ਦੇ ਚੈਨਲ ਜੋ ਟੀਮ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।